ਹੈਲੋ ਹੈਗਾ ਇਸ ਕੀ ਹਾਲ ਚਾਲ ਹੈ ਸਾਨੂੰ ਫਲੀ ਸਾਰੇ ਵਧੀਆ ਹੋਵੋਗੇ ਅੱਖੀਆਂ ਹਰਕਿਰਤ ਸੰਘਾ ਜਾਂ ਹੋਵੇ ਵੀ ਡਾਰਕ ਸਰਕਲ ਦੇ ਅਜਿਹੀ ਨਾ ਕਾਫੀ ਚੱਲ ਰਿਹਾ ਗਾਣਾ, ਕਾਫੀ ਜ਼ਿਆਦਾ ਚੱਲ ਰਿਹਾ ਗਾਣਾ। ਫੀਮੇਲ ਲੀਡ ਹਰਮਨ ਗਿੱਲ, ਓਕੇ, ਕਿਉਂਕਿ ਉਹ ਹਰਮਨ ਬਾਈ ਪਹਿਲਾ ਬਾਈ ਦੀ ਵੀਡੀਓ ਬਣਾਉਂਦਾ ਹੁੰਦਾ ਸੀ ਤਾਂ ਮੈਂ ਕਿਹਾ ਯਾਰ ਫੀਮੇਲ ਲੀਡ ਕਿਤੇ ਗਾਤਾ ਨਹੀਂ ਲਿਖਤਾ ਉਸ ਤਰੀਕੇ ਨਾਲ। ਸੋ ਮਿਊਜ਼ਿਕ ਪ੍ਰੋਡਿਊਸਰ ਸਟਾਰ ਬੋਏ ਐਕਸ, ਇੰਜੀਨੀਅਰ ਬਾਈ ਡਾਂਸ ਡੀ ਓ ਪੀ, ਡਾਇਰੈਕਟਰ ਐਡਿਟ ਹਰਪ੍ਰੀਤ ਬਰਾੜ, ਓਕੇ, ਸੈਟ ਡਿਜ਼ਾਇਨ ਸਾਹਿਲ ਸ਼ਰਮਾ, ਲੈਸ ਚੈੱਕ ਇਟ, ਸਿੰਗਰ ਲਿਰਿਸਿਸਟ ਕੰਪੋਜ਼ਰ ਹਰਕਿਰਤ ਸੰਘਾ, ਸ਼ੁਭਰ ਇੰਡੀਪੈਂਡੈਂਟ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ, ਐਕਚੁਅਲ ਆਪਣੀ ਫੈਲ ਫੋਲਵਿੰਗ ਬਣਾ ਰਿਹਾ ਵਧੀਆ ਤਰੀਕੇ ਨਾਲ, ਵਧੀਆ। ਇਹ ਵੀ ਮੈਂ ਕਹਿੰਦਾ ਕਿਤੇ ਨਾ ਕੈਨੇਡਾ ਨੇ ਸਾਨੂੰ ਲਿਬਰਟੀ ਦੇ ਤੀ ਕਾਫੀ ਹੱਦ ਤੱਕ, ਕਾਫੀ ਫਰੀ ਲੋਕੇਸ਼ਨਸ, ਅਸੀਂ ਬੜੇ ਤਰੀਕੇ ਨਾਲ ਬਹੁਤ ਘੱਟ ਬਜਟ ਦੇ ਵਿੱਚ ਮੈਨੂੰ ਲੱਗਦਾ ਬਹੁਤ ਸੈਕਸੀ ਵੀਡੀਓਜ਼ ਬਣਾ ਪਾ ਰਹੇ ਹਾਂ, ਕਿਆ ਬਾਤ ਹੈ। ਅਤੇ ਇੱਕ ਇੱਕ ਹੋਰ ਚੱਕਰ ਆ ਕਿ ਨਾ ਲਾਈਕ ਹੁਣ ਸਾਡੇ ਕੋਲ ਉਨਾ ਕੁ ਬਜਟ ਬਣ ਜਾਂਦਾ ਕਿ ਅਸੀਂ ਆਡੀਓ ਬਹੁਤ ਤਗੜੀ ਕ੍ਰੀਏਟ ਕਰ ਸਕਦੇ ਹਾਂ। ਓਕੇ, ਵੈਸਟ ਡੇਲ, ਯੋ ਨਾਈਸ। ਤੈਨੂੰ ਜਿੱਤੇ ਦਾ ਤੱਕਿਆ ਇਹਨਾਂ ਨੂੰ ਜੱਗ ਨਹੀਂ ਸੋਹਣਾ। ਯਾ ਇਜ਼ ਇਟ ਅ ਮਸਟੈਂਗ ਰਾਈਟ, ਸ਼ੈਲਬੀ ਕੋਈ ਓਲਡ ਮਾਡਲ। ਤੈਨੂੰ ਜਿੱਤੇ ਦਾ ਤੱਕ ਨਹੀਂ, ਉਂਝ ਕੋਬਰਾ ਸ਼ੈਲਬੀ ਤਾਂ ਬਣੀ ਹੋਈ ਆ ਉੱਤੇ, ਬਾਕੀ ਤੁਸੀਂ ਦੱਸ ਦਿਓ ਗਾਈਸ, ਸੌਰੀ ਹੁਣ ਆਪਾਂ ਰੋਕਾਂਗੇ। ਕਿਆ ਇਹਨਾਂ ਨੂੰ ਜੱਗ ਨਹੀਂ ਸੋਹਣਾ ਲੱਗਦਾ, ਮੈਂ ਵੀ ਵੇਖਿਆ ਜ਼ੋਰ ਲਾ ਕੇ ਕਹਿੰਦੀਆਂ ਛੱਡ ਨਹੀਂ ਸੋਹਣਾ ਲੱਗਦਾ, ਨਹੀਂ ਸੋਹਣਾ ਲੱਗੇ ਰੱਖ ਤੇ ਮਸਕਾਰੇ ਨਾਲੇ ਭੁੱਲੀਆਂ ਸੁਰਮ ਸਲਾਈਆਂ, ਕਿਸੇ ਇਸ ਤੋਂ ਮਸਾਂ ਵੇਖਣ ਨਾ ਦੁਖੀਆਂ ਤੇਰੇ ਨਾਲ ਮੈਂ ਲਾਈਆਂ ਵੇ, ਹੁਣ ਕਿਸੇ ਹੋਰੋਂ ਵੇਖਣ ਨਾ ਦੁਖੀਆਂ ਤੇਰੇ ਨਾਲ ਮੈਂ ਲਾਈਆਂ। ਬਰਾੜ ਸਾਹਿਬ ਕਲਰ ਹੀ ਬਹੁਤ ਸੋਹਣੇ ਕੀਤੇ ਆ ਯਾਰ, ਆਹ ਦੇਖੋ ਜਸਟ ਜਸਟ ਸੀ ਇਟ, ਨਾਲੇ ਸ਼ਾਰਟ ਲੈਣ ਦਾ ਤਰੀਕਾ ਦੇਖੋ ਕਿੰਨਾ ਪਿਆਰ, ਥੱਲੇ ਹੋ ਯਾਰ ਗਲੈਡੀਏਟਰ ਬਈ। ਓਕੇ, ਲੌਣੀ ਐਨਕ ਵੀ ਛੱਡਤੀ ਸ਼ੀਸ਼ੇ ਵਿੱਚ ਹੁਣ ਨਾ ਜਾਣ ਲਕੋਈਆਂ। ਓਕੇ, ਦੇ ਆਰ ਲਾਈਕ ਇਨ ਲਿਵਿੰਗ ਰਾਈਟ, ਹੁਣ ਉਹ ਇਕੱਠੇ ਹੋ ਗਏ ਨੇ, ਇਕੱਠੇ ਰਹਿਣ ਲੱਗ ਗਏ ਨੇ, ਠੀਕ ਆ, ਨਿਊ ਅਪਾਰਟਮੈਂਟ ਹਾਇਰ ਕੀਤਾ ਆ, ਅਬ ਬਾਦ ਆ ਸੀ ਦਾ ਵਿਊ ਗਾਇਸ। ਤਾਤੇ ਤੇ ਤੇ ਵੀ ਨਹੀਂ ਕਦੋਂ ਸੀ ਆਖਰੀ ਵਾਰੀ ਰੋਈਆਂ, ਚਾਰੇ ਪਾਸੇ ਤੋਂ ਦਸਦਾ ਜਿੱਧਰ ਵੀ ਵੇਖਾਂ ਨਜ਼ਰ ਘੁਮਾ ਕੇ, ਆਕੇ ਸ਼ੀਸ਼ਾ ਜੇ ਵੇਖਾਂ ਤੂੰ ਮੂਰੇ ਖੜ ਜਾਣਾ ਏ ਆਕੇ, ਹੱਲ ਕਿਸੇ ਨੂੰ ਲੱਭਿਆ ਨੀ ਮੈਂ ਕਿੰਨੇ ਹਾਂ ਡਾਕਟਰਾਂ ਕੋਲ ਵਿਖਾਈਆਂ, ਕਿਸੇ ਹੋਰ ਨੂੰ ਵੇਖਣ ਨਾ ਜੋਖੀਆਂ ਤੇਰੇ ਨਾਲ ਮੈਂ ਲਾਈਆਂ ਵੇ, ਹੁਣ ਕਿਸੇ ਹੋਰ ਨੂੰ ਵੇਖਣ ਨਾ ਜੋਖੀਆਂ ਤੇਰੇ ਨਾਲ ਮੈਂ ਲਾਈਆਂ। ਆਏ ਯੋ ਸਟੂਡੀਓਜ਼ ਦੇ ਸੂਰਜ ਚੜ੍ਹਦੇ ਤਾਈ ਜਾਗਾਂ ਵੇ ਪਹਿਲਾਂ ਵੱਜਦੇ ਨਹੀਂ ਸੀ ਬਾਰਾਂ। ਮੈਨੂੰ ਨਾ ਇੱਦਾਂ ਲੱਗਦਾ ਕਿ ਨਾ ਆਹ ਜਿਹੜੀ ਚੀਜ਼ ਆ ਨਾ ਲਾਈਕ ਹਾਸਾ ਖੇਡਾ ਮਤਲਬ ਇੰਜੋਏਮੈਂਟ ਲਾਈਕ ਇਹ ਚੀਜ਼ ਨਾ ਕਪਲ ਸ਼ੋ ਮਿਸਿੰਗ ਹੁੰਦੀ ਜਾ ਰਹੀ ਆ, ਲਾਲਚ ਜਿਹਾ ਬਹੁਤ ਆ ਗਿਆ ਕਿ ਅੱਛਾ ਉਹਦੇ ਕੋਲ ਇੰਨਾ ਪੈਸਾ ਜਾਂ ਉਹਦੇ ਕੋਲ ਆਹ ਚੀਜ਼ ਹੈ ਜਾਂ ਉਹ ਚੀਜ਼ ਆ। ਮੈਨੂੰ ਇੱਦਾਂ ਲੱਗਦਾ ਕਿ ਜੇ ਇਕੱਠੇ ਇੱਕ ਬਿਨਾਂ ਲਾਲਚ ਤੋਂ ਰਹੀਏ ਨਾ ਤਾਂ ਸ਼ਾਇਦ ਜ਼ਿੰਦਗੀਆਂ ਬਹੁਤ ਪਿਆਰੀਆਂ ਨੇ, ਅਤੇ ਇਨਸਾਨ ਇਕੱਠੇ ਹੋ ਕੇ ਬਹੁਤ ਚੀਜ਼ਾਂ ਅਚੀਵ ਵੀ ਇਕੱਠੇ ਕਰ ਸਕਦਾ। ਸੂਰਜ ਚੜ੍ਹਦੇ ਤਾਈ ਜਾਗਾਂ ਵੇ ਪਹਿਲਾਂ ਵੱਜਦੇ ਨਹੀਂ ਸੀ ਬਾਰਾਂ।
ਕੱਚੀ ਨੀਂਦ ਉੱਠ ਜਾਵਾਂ ਤੇ ਫਿਰ ਪਾਣੀ ਦੇ ਛਿੱਟੇ ਮਾਰਾਂ। ਅੱਛਾ ਜੀ, ਭਾਫਾਂ ਦੇ ਦੇ ਥੱਕ ਗਈਆਂ ਮੈਂ ਹੁਣ ਤਾਂ, ਆਈ ਕੂਲ ਵੀ ਪਾ ਲਈ ਤਾਂ ਵੀ ਹਟੇ ਰੜਕਣੋਂ ਨਾ ਵੇ ਸੰਗਿਆ, ਤੇਰੇ ਨਾਂ ਦੀ ਲਾਲੀ ਡਾਰਕ ਸਰਕਲ ਦੇ ਜੇ ਨਾ। ਸੈਡ ਚ ਸੁੱਟ ਤਾਂ ਲਿਆ ਕੇ ਯਾਰ, ਨਹੀਂ ਯਾਰ ਇਹਦਾ ਪੂਰੀ ਮਤਲਬ ਵੀਡੀਓ ਦਾ ਕੰਸੈਪਟ ਚੇਂਜ ਹੋ ਗਿਆ ਯਾਰ। ਇਹ ਤਾਂ ਮੈਂ ਕਿਹਾ ਮੈਂ ਹੋਰ ਪਾਸੇ ਨੂੰ ਲੈ ਕੇ ਜਾ ਰਿਹਾ, ਕਪਲ ਗੋਲ ਉਹ ਚੀਜ਼ਾਂ। ਯਾਰ ਮੈਨੂੰ ਪਰਸਨਲੀ ਕਦੇ ਬੁਰਾ ਨਹੀਂ ਲੱਗਿਆ, ਚਲੋ ਮੰਨਦੇ ਵੀਡੀਓ ਆ ਸਟਿਲ, ਬਟ ਭਰਾਵਾ ਨਹੀਂ ਯਾਰ, ਇੱਦਾਂ ਕਿਸੇ ਨਾਲ ਨਾ ਹੋਵੇ। ਕਿਸੇ ਇਨਸਾਨ ਨਾਲ ਇੱਦਾਂ ਹੋਣਾ ਚਾਹੀਦਾ ਕਿ ਉਹਦਾ ਪਿਆਰਾ ਇਨਸਾਨ ਇੱਦਾਂ ਦੁਨੀਆਂ ਤੋਂ ਚਲਾ ਜਾਵੇ। ਐਂਡ ਨਹੀਂ ਵਧੀਆ ਲੱਗਿਆ ਮੈਨੂੰ ਬਾਈ, ਸਿੱਧੀ ਜਿਹੀ ਗੱਲ ਆ। ਠੀਕ ਹੈ ਸਾਰੀ ਚੀਜ਼ ਠੀਕ ਹੈ, ਵਧੀਆ ਵੀਡੀਓ ਬਣਾਈ, ਵਧੀਆ ਕਲਰ ਕੀਤਾ ਤੁਸੀਂ, ਸਾਰਾ ਕੁਝ ਵਧੀਆ ਕੀਤਾ, ਐਂਡ ਨਹੀਂ ਵਧੀਆ ਕੀਤਾ ਯਾਰ, ਮੈਨੂੰ ਨਹੀਂ ਵਧੀਆ ਲੱਗਿਆ, ਸੋਰੀ ਵੀਰੇ, ਭਾਵੇਂ ਤੁਹਾਨੂੰ ਬੁਰਾ ਲੱਗੂਗਾ, ਬਟ ਇਹ ਵੀਡੀਓ ਬਹੁਤ ਸੋਹਣੇ ਤਰੀਕੇ ਨਾਲ ਈਜ਼ੀਲੀ ਇੰਨੇ ਬੜੇ ਪਿਆਰ ਨਾਲ ਐਂਡ ਹੋ ਸਕਦੀ ਸੀਗੀ, ਇਹਦੇ 'ਚ ਟਵਿਸਟ ਦੀ ਲੋੜ ਹੀ ਨਹੀਂ ਸੀਗੀ। ਸੋਰੀ, ਮੈਨੂੰ ਨਹੀਂ ਉਹ ਚੀਜ਼ ਨਹੀਂ ਵਧੀਆ ਲੱਗੀ ਮੈਨੂੰ। ਸਤਿ ਸ਼੍ਰੀ ਅਕਾਲ।